ਇਹ ਹੈ ਸਚਿਆਰ ਮਨੁੱਖ। ਕਹਿੰਦਾ ਮੈਂ ਤਾਂ ਘੋੜਿਆਂ ਦੀ ਲਿੱਦ ਚੁੱਕਣੀ ਹੈ, ਮੈਨੂੰ ਨਵਾਬੀ ਨਹੀਂ ਚਾਹੀਦੀ। ਅੱਜ ਆਪਾਂ ਲਾਲਾਂ ਸੁੱਟਦੇ ਹਾਂ, ਪੰਜਾਬੀ ਲਾਲਾਂ ਸੁੱਟਦੇ ਹਾਂ, ਹੈ ਨਾ। ਇੱਕ ਨਿੱਕੇ ਜਿਹੇ ਗੁਰਦੁਆਰੇ ਦੀ, ਇੱਕ ਨਿੱਕੀ ਜਿਹੀ ਕਮੇਟੀ ਦੀ, ਵੈਸੇ ਗੁਰਦੁਆਰਾ ਨਿੱਕਾ ਨਹੀਂ ਹੁੰਦਾ, ਮੇਰੇ ਕਹਿਣ ਦਾ ਭਾਵ ਆ ਵੀ ਇੱਕ ਛੋਟੀ ਜਿਹੀ ਇਕਾਈ ਦੀ ਪ੍ਰਧਾਨਗੀ ਲਈ ਅਸੀਂ ਗੁਰਦੁਆਰਾ ਹੀ ਵੱਖਰਾ ਬਣਾ ਲੈਂਦੇ ਹਾਂ, ਸੰਸਥਾ ਹੀ ਵੱਖਰੀ ਬਣਾ ਲੈਂਦੇ ਹਾਂ। ਅਤੇ ਲਾਲਾਂ ਸਾਡੇ ਮੂੰਹਾਂ 'ਚੋਂ ਡਿੱਗਦੀਆਂ ਨੇ ਕਿ ਸਿਆਸੀ ਬੰਦਿਆਂ ਕੋਲ ਕੋਈ ਮਾੜੀ ਮੋਟੀ ਇਹਨਾਂ ਦੀ ਜੂਠੀ ਪਲੇਟ 'ਚੋਂ ਕੋਈ ਸਾਨੂੰ ਖਾਣ ਨੂੰ ਮਿਲ ਜਾਵੇ। ਖਿਮਾ ਕਰਨਾ, ਮੈਂ ਆਪਣੇ ਦਰਦ ਵਿੱਚੋਂ, ਆਪਣੀਆਂ ਦੁਖਦੀਆਂ ਰਗਾਂ ਵਿੱਚ ਬੋਲ ਰਿਹਾ। ਸਾਨੂੰ ਨਵਾਬ ਕਪੂਰ ਸਿੰਘ ਚਾਹੀਦੇ ਨੇ। ਅਧਿਆਪਕ ਬੈਠੇ ਹੋ, ਹੁਣ ਤੱਕ ਪੜ੍ਹਾਏ ਹੋਏ ਵਿਦਿਆਰਥੀਆਂ ਦੀ ਸੂਚੀ 'ਤੇ ਨਿਗਾਹ ਮਾਰੋ, ਦੇਖੋ ਕੋਈ ਕਾਬਲ ਹੈ ਸਾਡੇ ਕੋਲ ਜਿਹਦੇ ਮੋਢੇ 'ਤੇ ਹੱਥ ਰੱਖ ਕੇ ਕਹਿ ਸਕੀਏ ਬੇਟਾ ਤੂੰ ਨਵਾਬ ਕਪੂਰ ਸਿੰਘ ਦਾ ਵਾਰਸ ਹੈ, ਤੂੰ ਨਵਾਬ ਕਪੂਰ ਸਿੰਘ ਬਣੇਗਾ, ਮੈਂ ਤੇਰਾ ਸਾਥ ਦੇਵਾਂਗਾ, ਆ ਬਾਹਰ ਨਿਕਲ। ਤੂੰ ਘੋੜਿਆਂ ਦੀ ਜਿਹੜੀ ਲਿੱਦ ਚੱਕਦਾ ਇਹਨੂੰ ਹੁਣ ਛੱਡ, ਤੇ ਫੌੜੀ ਨੂੰ ਛੱਡ ਕੇ ਹੁਣ ਤੂੰ ਸਮਾਜ ਦੀ ਸੇਵਾ ਲਈ ਬਾਹਰ ਆ ਜਾ। ਇਹੋ ਜਿਹੇ ਸਚਿਆਰ ਮਨੁੱਖਾਂ ਦਾ ਕਾਫਲਾ ਸਾਨੂੰ ਬਣਾਉਣਾ ਪਵੇਗਾ। ਇਹ ਨੇ ਸਚਿਆਰ ਮਨੁੱਖ, ਇਹ ਵੀ ਇੱਕ ਕਲਾਈਮੈਕਸ ਹੈ ਸਚਿਆਰ ਮਨੁੱਖਾਂ ਦਾ, ਕਿ ਭਗਤ ਪੂਰਨ ਸਿੰਘ ਆਪਣੇ ਮੂੰਹ 'ਚ ਪਾਉਣ ਵਾਸਤੇ ਰੋਟੀ ਦਾ ਟੁਕੜਾ ਹੈ ਕੋਈ ਨਹੀਂ, ਅਤੇ ਸੈਂਕੜੇ ਪਿੰਗਲਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਮੋਢਿਆਂ 'ਤੇ ਚੱਕ ਲੈਂਦੇ। ਕਿਸ ਤਰ੍ਹਾਂ ਕੰਮ ਕਰਦੇ ਨੇ ਲਾਹੌਰ ਦੀਆਂ ਸੜਕਾਂ 'ਤੇ, ਇਹ ਸੁਣਿਆ ਜਾਂਦਾ ਕਿ ਦੋ ਵਾਰੀ ਲਾਹੌਰ ਦੀਆਂ ਸੜਕਾਂ ਸਾਫ਼ ਗਿਣੀਆਂ ਜਾਂਦੀਆਂ ਸਨ, ਸਾਫ਼ ਹੁੰਦੀਆਂ ਸਨ। ਇੱਕ ਵਾਰੀ ਉਦੋਂ ਜਦੋਂ ਲਾਰਡ ਡਲਹੌਜੀ ਉਹਨਾਂ ਸੜਕਾਂ ਤੋਂ ਲੰਘਦਾ ਸੀ, ਅਮਲਾ ਸ਼ਾਖਾ ਉਹਨਾਂ ਸੜਕਾਂ ਨੂੰ ਸਾਫ਼ ਕਰ ਦਿੰਦਾ ਸੀ, ਅਤੇ ਦੂਸਰੀ ਵਾਰ ਜਿੱਥੋਂ ਜਿੱਥੋਂ ਭਗਤ ਪੂਰਨ ਸਿੰਘ ਲੰਘਦੇ ਸਨ ਉਹਨਾਂ ਸੜਕਾਂ ਦਾ ਗੋਹਾ ਕੂੜਾ ਆਪ ਆਪਣੇ ਬਾਟੇ ਵਿੱਚ ਹੁੰਦੇ ਜਾਂਦੇ ਸਨ। ਸੋ ਇਹ ਹੈ ਇੱਕ ਸੁਚਾਰ ਮਨੁੱਖ ਜਿਹੜੇ ਆਪਾਂ ਨੇ ਪੈਦਾ ਕਰਨੇ। ਆਤਮ ਪਰਗਾਸ।